ਜਨਮਦਿਨ ਤੇ ਬੜਾ ਹੀ ਗਜਬ ਦਾ ਤੋਹਫ਼ਾ ਮਿਲਿਆ ਪਰਿਵਾਰ ਦੇ ਵੱਲੋਂ। ਸਾਰਿਆਂ ਤੋਂ ਪਹਿਲਾਂ ਤਾਂ ਜੀ ਉਹਨਾਂ ਨੇ ਮੇਰੀਆਂ ਅੱਖਾਂ 'ਤੇ ਪੱਟੀਆਂ ਬੰਨ੍ਹ ਦਿੱਤੀਆਂ। ਹੁਣ ਇਹ 40 ਮਿੰਟ ਦੇ ਕਰੀਬ ਡਰਾਈਵਿੰਗ ਸੀਗੀ, ਮੈਨੂੰ ਕੁਛ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਕਿੱਧਰ ਨੂੰ ਜਾ ਰਹੇ ਹਾਂ, ਬਟ ਐਕਸਾਈਟਮੈਂਟ ਜ਼ਰੂਰ ਸੀ ਮਨ ਦੇ ਵਿੱਚ ਕਿ ਜੋ ਕੁਝ ਹੋਵੇਗਾ ਕੁਝ ਖਾਸ ਹੀ ਹੋਵੇਗਾ। ਉੱਥੇ ਪਹੁੰਚੇ ਤਾਂ ਦਰਵਾਜ਼ੇ ਨੂੰ ਟੱਚ ਕੀਤਾ ਤਾਂ ਮੈਨੂੰ ਲੱਗਿਆ ਕਿ ਕਿਸੇ ਦੇ ਘਰ ਆਏ ਹੋਏ ਹਾਂ, ਅਤੇ ਜਦੋਂ ਅੱਖਾਂ ਤੋਂ ਪੱਟੀ ਹਟਾਈ ਤਾਂ ਇੱਕ ਵਾਰੀ ਤਾਂ ਕੋਈ ਸਮਝ ਹੀ ਨਹੀਂ ਆਈ ਕਿ ਕਿੱਥੇ ਹਾਂ, ਬਟ ਅਚਾਨਕ ਹੀ ਮੈਨੂੰ ਅਹਿਸਾਸ ਹੋਇਆ ਕਿ ਸਾਡੇ ਪਰਿਵਾਰ ਦੇ ਮੈਂਬਰ ਮੈਨੂੰ ਫਲਾਈਟ ਐਕਸਪੀਰੀਅੰਸ ਵਾਸਤੇ ਲੈ ਕੇ ਆਏ ਨੇ। ਉੱਥੇ ਇੰਸਟ੍ਰਕਟਰ ਤੁਹਾਨੂੰ ਸਾਰੀਆਂ ਗੱਲਾਂ ਸਮਝਾਉਂਦੇ ਨੇ, ਤੁਸੀਂ ਆਪਣੀ ਮਰਜ਼ੀ ਦਾ ਰੂਟ ਚੂਜ਼ ਕਰ ਸਕਦੇ ਹੋ। ਬੋਇੰਗ 737 ਦਾ ਇਹ ਐਕਸਪੀਰੀਅੰਸ ਦਵਾਉਂਦੇ ਨੇ ਤੁਹਾਨੂੰ, ਅਤੇ ਜਦੋਂ ਆਪਾਂ ਅੰਦਰ ਜਾਂਦੇ ਹਾਂ ਤਾਂ ਫਿਰ ਉਹ ਸਾਰੇ ਕੰਟਰੋਲਸ ਦੇ ਬਾਰੇ ਦੱਸਦੇ ਨੇ ਕਿਹੜਾ ਕੰਟਰੋਲ ਕਾਹਦੇ ਵਾਸਤੇ ਹੁੰਦਾ, ਔਰ ਉਸ ਤੋਂ ਬਾਅਦ ਤੁਸੀਂ ਛੋਟੀ ਜਿਹੀ ਟ੍ਰੇਨਿੰਗ ਤੋਂ ਬਾਅਦ ਤਿਆਰ ਹੋ ਜਾਂਦੇ ਹੋ ਜਹਾਜ਼ ਉਡਾਉਣ ਦੇ ਵਾਸਤੇ, ਅਤੇ ਆਫਕੋਰਸ ਬਿਨਾਂ ਕਿਸੇ ਲਾਈਸੈਂਸ ਤੋਂ ਅਤੇ ਬਿਨਾਂ ਕਿਸੇ ਖਾਸ ਯੋਗਤਾ ਤੋਂ। ਬੜਾ ਹੀ ਗਜ਼ਬ ਦਾ ਤਜਰਬਾ ਰਿਹਾ ਇਹ, ਅਤੇ ਮੈਂ ਰਿਕਮੈਂਡ ਕਰਦਾ ਕਿ ਜੇਕਰ ਤੁਸੀਂ ਵੀ ਇਹ ਤਜਰਬਾ ਕਰਨਾ ਚਾਹੁੰਦੇ ਹੋ ਤਾਂ ਹੋ ਸਕਦਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਇਹ ਅਵੇਲੇਬਲ ਹੋਵੇ। ਅਸਲ ਦੇ ਵਿੱਚ ਇਹ ਸਟਿਮੂਲੇਟਰ ਕਿਹਾ ਜਾਂਦਾ ਹੈ, ਸੱਚੀ ਮੁੱਚੀ ਦਾ ਜਹਾਜ਼ ਨਹੀਂ ਹੁੰਦਾ, ਸਾਈਡਾਂ 'ਤੇ ਸਕਰੀਨਾਂ ਲੱਗੀਆਂ ਹੁੰਦੀਆਂ ਨੇ, ਬਟ ਜਿਵੇਂ ਜਿਵੇਂ ਤੁਸੀਂ ਜਹਾਜ਼ ਨੂੰ ਉਡਾਉਂਦੇ ਹੋ ਤਾਂ ਇਹ ਇੰਝ ਜਾਪਦਾ ਜਿਵੇਂ ਕਿ ਸੱਚੀ ਮੁੱਚੀ ਦੇ ਜਹਾਜ਼ ਦੇ ਵਿੱਚ ਤੁਸੀਂ ਸਫ਼ਰ ਕਰ ਰਹੇ ਹੁੰਦੇ ਹੋ। ਅਸਲ ਦੇ ਵਿੱਚ ਬੜੇ ਹਾਇਰ ਲੈਵਲ ਦੀ ਇੱਕ ਵੀਡੀਓ ਗੇਮ ਕਹਿ ਲਈਏ ਤਾਂ ਵੀ ਕੋਈ ਅਤੀਕਥਨੀ ਨਹੀਂ ਹੋਵੇਗੀ, ਬਟ ਇਹ ਕਿਸੇ ਵੀ ਪਿਆਰੇ ਦੇ ਵਾਸਤੇ ਇੱਕ ਖੂਬਸੂਰਤ ਤੋਹਫ਼ਾ ਹੋ ਸਕਦਾ ਉਹਨਾਂ ਦੇ ਕਿਸੇ ਖਾਸ ਦਿਨ ਦੇ ਵਾਸਤੇ, ਜਾਂ ਫਿਰ ਤੁਸੀਂ ਆਪ ਵੀ ਤਜਰਬਾ ਕਰਕੇ ਵੇਖੋ ਤੁਹਾਨੂੰ ਚੰਗਾ ਲੱਗੇਗਾ।